ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਮੱਕੀ ਦੀਆਂ ਰੋਟੀਆਂ ਵੈਸੇ ਤਾਂ ਮੈਂ ਵੀ ਇਹ ਹੁਣੇ-ਹੁਣੇ ਹੀ ਬਣਾਉਣੀਆਂ ਸਟਾਰਟ ਕੀਤੀਆਂ ਨੇ ਪਰ ਜੇਕਰ ਤੁਸੀਂ ਬਿਗਿਨਰ ਹੋ ਹਨਾ ਵੀ ਤੁਸੀਂ ਹੁਣੇ-ਹੁਣੇ ਸਿੱਖ ਰਹੇ ਹੋ ਰੋਟੀਆਂ ਬਣਾਉਣੀਆਂ ਵੀ ਤੁਹਾਨੂੰ ਹੱਥਾਂ ਨਾਲ ਬਣਾਉਣੀਆਂ ਪਾਣੀ ਲਾ ਕੇ ਟਫ ਲੱਗਦੀਆਂ ਨੇ ਔਖੀਆਂ ਲੱਗਦੀਆਂ ਨੇ ਤਾਂ ਤੁਸੀਂ ਇਸ ਤਰੀਕੇ ਨਾਲ ਮੱਕੀ ਦੀਆਂ ਰੋਟੀਆਂ ਬਣਾ ਸਕਦੇ ਹੋ ਤੇ ਬਾਕੀ ਪ੍ਰੈਕਟਿਸ ਕਰਕੇ ਜਿਹੜੀਆਂ ਬਹੁਤ ਹੀ ਸੋਹਣੀਆਂ-ਸੋਹਣੀਆਂ ਬਾਅਦ ਵਿੱਚ ਰੋਟੀਆਂ ਬਣਨ ਲੱਗ ਜਾਣਗੀਆਂ ਪਰ ਇਹਦਾ ਆਟਾ ਕਿਸ ਤਰ੍ਹਾਂ ਗੁੰਨਣਾ ਹੈ ਇਹਨਾਂ ਨੂੰ ਕਿਵੇਂ ਵੇਲਣਾ ਹੈ ਸੋ ਉਹ ਜਿਹੜੀਆਂ ਤੁਸੀਂ ਗਲਤੀਆਂ ਕਰਦੇ ਹੋ ਮਤਲਬ ਰੋਟੀ ਬਣਾਉਣ ਲੱਗੇ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਾਕੀ ਜੀ ਚਲੋ ਆਪਾਂ ਫਿਰ ਆਟਾ ਗੁੰਨਣਾ ਸਟਾਰਟ ਕਰਦੇ ਹਾਂ ਮੱਕੀ ਦੀਆਂ ਜਿਦੋਂ ਆਪਾਂ ਰੋਟੀਆਂ ਬਣਾਉਨੇ ਆ ਤਾਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਵੀ ਆਟੇ ਨੂੰ ਚੰਗੀ ਤਰ੍ਹਾਂ ਛਾਣ ਲੈਣਾ ਜਦੋਂ ਆਟੇ ਨੂੰ ਪੀਂਦੇ ਆ ਨਾ ਤਾਂ ਉਹਦੇ ਵਿੱਚ ਦੇਖੋ ਇਹ ਬਰੀਕ-ਬਰੀਕ ਦਾਣੇ ਇਸ ਤਰ੍ਹਾਂ ਦੇ ਰਹਿ ਜਾਂਦੇ ਆਗੇ ਜਿਵੇਂ ਸੂੜਾ ਹੁੰਦਾ ਆਟੇ ਗੁੰਨਾ ਕਿਸ ਤਰੀਕੇ ਨਾਲ ਹੈ ਕਿ ਜਿਵੇਂ ਆਪਾਂ ਸਾਰਾ ਆਟਾ ਪਹਿਲਾਂ ਕਣਕ ਦੀਆਂ ਰੋਟੀਆਂ ਬਣਾਉਣ ਲੱਗੇ ਗੁੰਨੇ ਉਹਨੇ ਇਕੱਠਾ ਗੁੰਨ ਕੇ ਰੱਖਦਨੇ ਉਸ ਤਰੀਕੇ ਨਾਲ ਬਿਲਕੁਲ ਨਹੀਂ ਗੁੰਨਣਾ ਜਿੰਨੀਆਂ ਕਿ ਰੋਟੀਆਂ ਬਣਾਉਣੀਆਂ ਨੇ ਉਹਨਾਂ ਦਾ ਆਟਾ ਆਪਾਂ ਗੁੰਨਾਂਗੇ ਦੂਜਾ ਆਪਾਂ ਸਾਈਡ ਤੇ ਰੱਖਾਂਗੇ ਨਾਲ ਦੀ ਨਾਲ ਆਟਾ ਗੁੰਨ ਕੇ ਰੋਟੀਆਂ ਬਣਾਉਂਦੇ ਹੁਣ ਇਹਦੀਆਂ ਫਿਰ ਇਹਦੇ ਲਈ ਪਾਣੀ ਆਪਾਂ ਲੈਣਾਗਾ ਗੁੰਗਣਾਇਆ ਮੈਂ ਤੇ ਤਵੇ ਤੇ ਪਾਣੀ ਗਰਮ ਕਰ ਲਿਆ ਸੀ ਨਾ ਜ਼ਿਆਦਾ ਠੰਡਾ ਤੇ ਨਾ ਜ਼ਿਆਦਾ ਗਰਮ ਹਾਂ ਪਰ ਥੋੜਾ ਜਿਹਾ ਵੀ ਨਿੱਗਾ ਜਿਹਾ ਪਾਣੀ ਜਿਵੇਂ ਆਪਾਂ ਮਿਕਸ ਕਰ ਲੈਨੇ ਆਂਗੇ ਉਸ ਤਰੀਕੇ ਨਾਲ ਗੁੰਗਣਾਇਆ ਪਾਣੀ ਫਿਰ ਇਹਨੂੰ ਆਟੇ ਨੂੰ ਗ ਇਥੇ ਆਪਾਂ ਦੋ ਤਿੰਨ ਰੋਟੀਆਂ ਦਾ ਆਟਾ ਪਹਿਲਾਂ ਗੁੰਨਾਂਗੇ ਨਾਲ ਦੀ ਨਾਲ ਗੁੰਨ ਕੇ ਤੇ ਨਾਲ ਦੀ ਨਾਲ ਰੋਟੀਆਂ ਬਣਾਵਾਂਗੇ ਪਹਿਲਾਂ ਮੈਂ ਤੁਹਾਨੂੰ ਦੱਸੂਗੀ ਵੀ ਕਿਸ ਤਰੀਕੇ ਨਾਲ ਆਪਾਂ ਰੋਟੀਆਂ ਜਿਹੜੀਆਂ ਵੀ ਆਪਾਂ ਆਟਾ ਗੁੰਨਦੇ ਆ ਜਾਂ ਕੀ ਗਲਤੀ ਕਰ ਦਿੰਨੇ ਆ ਵੀ ਆਪਣੀ ਰੋਟੀ ਜਿਹੜੀ ਟੁੱਟਣ ਲੱਗ ਜਾਂਦੀ ਆ ਤੇ ਤਵੇ ਤੇ ਵੀ ਚਿਪਕ ਜਾਂਦੀ ਆ ਸੋ ਮੈਂ ਵੀ ਇਹ ਹੀ ਗਲਤੀਆਂ ਕਰਦੀ ਸੀ ਪਹਿਲਾਂ ਤੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਤੇ ਇੱਥੇ ਜੀ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਗੁੰਨਾਂਗੇ ਥੋੜਾ ਥੋੜਾ ਪਾਣੀ ਪਾ ਕੇ ਹੁਣ ਜੇ ਤਾਂ ਆਪਾਂ ਆਟਾ ਗੁੰਨ ਲੈਨੇ ਨਾ ਤਾਂ ਆਪਾਂ ਤਾਂ ਇਸ ਤਰੀਕੇ ਨਾਲ मतलब ਸਿੱਧੇ ਹੀ ਪੇੜਾ ਕਰਕੇ ਤੇ ਹਲਕਾ ਜਿਹਾ ਪੇੜੇ ਨੂੰ ਹੱਥਾਂ ਨਾਲ ਭੰਨ ਕੇ ਆਪਾਂ ਕੋਈ ਘਿਓ ਨਹੀਂ ਲਾਉਂਦੇ ਆਪਾਂ ਪਾਣੀ ਲਾ ਲੈਨੇ ਹੁੰਨੇ ਆ ਹਾਂ ਜਿਹੜੇ ਵੀ ਆਪਣੇ ਘਰੇ ਬਜ਼ੁਰਗ ਨੇ ਜਿਨ੍ਹਾਂ ਨੂੰ ਪ੍ਰੈਕਟਿਸ ਰੋਟੀਆਂ ਬਣਾਉਂਦੀ ਉਹ ਪਾਣੀ ਲਗਾ ਕੇ ਬਣਾ ਲੈਂਦੀ ਆ ਪਰ ਹੁਣ ਉਹ ਵੀ ਆਟੇ ਨੂੰ ਚੰਗੇ ਤਰੀਕੇ ਨਾਲ ਗੁੰਨਦੀ ਆ ਸੋ ਗਲਤੀ ਇਹ ਕਰਦੇ ਆ ਜੇ ਆਪਾਂ ਇਸ ਤਰੀਕੇ ਨਾਲ ਜਦਾ ਫਲਫਾਫੇ ਨਾਲ ਵੀ ਰੋਟੀ ਬਣਾਉਣੇ ਆ ਨਾ ਆਪਾਂ ਘਿਓ ਜਾ ਤਾਂ ਬਹੁਤ ਘੱਟ ਲਾ ਲੈਨੇ ਆ ਤੇ ਜਾਂ ਫਿਰ ਆਪਾਂ ਘਿਓ ਲਾਉਂਦੇ ਨਹੀਂ ਇਸ ਤਰੀਕੇ ਨਾਲ ਫਿਰ ਆਪਾਂ ਨੂੰ ਜ਼ੋਰ-ਜ਼ੋਰ ਦੀ ਨੱਪ ਦਿੰਨੇ ਆ ਵਿਜਲੀ ਰੋਟੀ ਕਿਸ ਤਰੀਕੇ ਦੀ ਬਣੂਗੀ ਇਹ ਦੇਖੋ ਰੋਟੀ ਨਾਲ ਦੀ ਨਾਲ ਆ ਸਾਈਡਾਂ ਤੋਂ ਫਟਣ ਲੱਗ ਜਾਂਦੀ ਹੈ ਤੇ ਜਦੋਂ ਆਪਾਂ ਇਹਨੂੰ ਲਫਾਫੇ ਤੋਂ ਉਤਾਰ ਦੇਣਾ ਤਵੇ ਤੇ ਪਾਉਣ ਨੂੰ ਉਦੋਂ ਵੀ ਇਹ ਖਰਾਬ ਹੋ ਜਾਂਦੀ ਹੈ ਸਾਰੀਆਂ ਸਾਈਡਾਂ ਤੋਂ ਦੇਖੋ ਟੁੱਟਣ ਲੱਗ ਗਈ ਬਿਲਕੁਲ ਵੀ ਗੋਲ ਵੀ ਨਹੀਂ ਬਣ ਰਹੀ ਹੁਣ ਆਪਾਂ ਇਹਨੂੰ ਤਵੇ ਤੇ ਪਾਤਾ ਤੇ ਉਹ ਵੀ ਘੱਟ ਗਰਮ ਤਵੇ ਤੇ ਪਾਤਾ ਦੇਖੋ ਅੱਗ ਵੀ ਬਿਲਕੁਲ ਚੁੱਲ੍ਹੇ 'ਚ ਮੱਚ ਨਹੀਂ ਰਹੀ ਗਈ ਹਲਕੀ ਹਲਕੀ ਅੱਗ ਹੈ ਤੇ ਇਸ ਤਰੀਕੇ ਨਾਲ ਆਪਣੀ ਰੋਟੀ ਹੈ ਜਿਹੜੀ ਉਹ ਤਵੇ ਤੇ ਚਿਪਕ ਜਾਂਦੀ ਹੈ ਦੇਖੋ ਟੁੱਟ ਗਈ ਸਾਰੀ ਰੋਟੀ ਟੁੱਟ ਗਈ ਸਾਰੀ ਰੋਟੀ ਖਰਾਬ ਹੋ ਜਾਂਦੀ ਹੈ ਇਸ ਤਰੀਕੇ ਨਾਲ ਤੇ ਹੁਣ ਆਪਾਂ ਤੁਹਾਨੂੰ ਜਿਹੜਾ ਮਤਲਬ ਸਹੀ ਤਰੀਕਾ ਦੱਸਦੇ ਆ ਵੀ ਰੋਟੀ ਦਾ ਆਟਾ ਕਿਸ ਤਰ੍ਹਾਂ ਦਾ ਕਰਨਾ ਜਿਹਦਾ ਫੇਰ ਰੋਟੀਆਂ ਦਾ ਆਟਾ ਗੁੰਨ ਲਿਆ ਤਾਂ ਇਹਦੇ ਵਿੱਚੋਂ ਆਪਾਂ ਇੱਕ ਰੋਟੀ ਦਾ ਆਟਾ ਲਵਾਂਗੇ ਤੇ ਹੁਣ ਆਪਾਂ ਤਿੰਨ ਰੋਟੀਆਂ ਦਾ ਇਹ ਆਟਾ ਗੁੰਨ ਲਿਆ ਤੇ ਜਿਹਦਾ ਆਪਾਂ ਸਾਰੇ ਆਟੇ ਨੂੰ ਜਿਸ ਤਰ੍ਹਾਂ ਪਹਿਲਾਂ ਹੀ ਗੁੰਨ ਕੇ ਰੱਖ ਦੇਣੀ ਹੈ ਨਾ ਤੇ ਫਿਰ ਆਟੇ ਦੀ ਜਿਹੜੀ ਪਕੜਾ ਉਹ ਖਤਮ ਹੋ ਜਾਂਦੀ ਹੈ ਰੋਟੀ ਸਹੀ ਨਹੀਂ ਬਣਦੀ ਹੁਣ ਆਪਾਂ ਇੱਕ ਰੋਟੀ ਬਣਾਉਣੀ ਹੈ ਤਾਂ ਇਹਨੂੰ ਦੇਖੋ ਹਥੇਲੀ ਦੀ ਮਦਦ ਨਾਲ ਆਟੇ ਨੂੰ ਮਲਣਾ ਗੁੰਨਣਾ ਨਹੀਂ ਜਿਵੇਂ ਆਟਾ ਮੁੱਕੀ ਦੇ ਕੇ ਕਣਕ ਦਾ ਗੁੰਨਦੇ ਉਹਨੇ ਉਸ ਤਰੀਕੇ ਨਾਲ ਨਹੀਂ ਗੁੰਨਣਾ ਫੱਟਾਣਾ ਮਲਣਾ ਜਿੰਨਾ ਮਤਲਬ ਤੁਸੀਂ ਮਲ ਸਕਦੇ ਨੂੰ ਇਸ ਤਰ੍ਹਾਂ ਹਥੇਲੀ ਨਾਲ ਮਲ ਮਲ ਕੇ ਆਟੇ ਨੂੰ ਜਣ ਕੇ 1.5 ਤੋਂ 2 ਮਿੰਟ ਤਿਆਰ ਕਰਨਾ ਹੈ ਤੇ ਹੁਣ ਦੇਖੋ ਆਟਾ ਰੋਟੀ ਬਣਾਉਣ ਲਈ ਤਿਆਰ ਹੋ ਗਿਆ ਇਸ ਤਰ੍ਹਾਂ ਆਪਾਂ ਇਹਨੂੰ ਮਲ ਮਲ ਕੇ ਬਿਲਕੁਲ ਨਰਮ ਕਰ ਲਿਆ ਉਦੋਂ ਤੱਕ ਆਪਣਾ ਦੂਜਾ ਆਟਾ ਵੀ ਰੋਟੀ ਬਣਾਉਣ ਨੂੰ ਨਰਮ ਹੋ ਜਾਊਗਾ ਹੁਣ ਆਪਾਂ ਇਸ ਤਰ੍ਹਾਂ ਦਾ ਇੱਕ ਸਾਫ਼ ਸੁਥਰਾ ਜਿਹੜਾ ਲਫਾਫਾ ਜਾਂ ਪੋਲੀਥੀਨ ਲੈ ਲੈਣਾ ਤੇ ਇਹਦੀਆਂ ਦੋ ਸਾਈਡਾਂ ਨੇ ਆਪਾਂ ਇਹਦੇ ਤੇ ਘਿਓ ਲਗਾਵਾਂਗੇ ਦੇਸੀ ਤੁਸੀਂ ਇਹਦੇ ਤੇ ਵੀ ਘਿਓ ਲਗਾ ਸਕਦੇ ਹੋ ਲਫਾਫੇ ਦੇ ਪਹਿਲਾਂ ਤੇ ਜਾਂ ਤੁਸੀਂ ਪੇੜੇ ਤੇ ਘਿਓ ਲਗਾ ਸਕਦੇ ਹੋ ਦੋਨੇ ਤਰੀਕੇ ਵਧੀਆ ਰਹਿੰਦੇ ਆ ਪਰ ਫਿਰ ਵੀ ਤੁਸੀਂ ਜੇ ਪਹਿਲੀ ਆ ਰੋਟੀਆਂ ਬਣਾ ਰਹੇ ਹੋ ਨਾ ਕਦੇ ਵੀ ਨਹੀਂ ਬਣਾਈਆਂ ਤਾਂ ਫਿਰ ਤੁਸੀਂ ਲਫਾਫੇ ਤੇ ਵੀ ਇਸ ਤਰੀਕੇ ਨਾਲ ਘਿਓ ਚੰਗੀ ਤਰ੍ਹਾਂ ਲਗਾ ਲੈਣਾਗਾ ਮੈਂ ਵੀ ਦੇਖੋ ਦੋਨਾਂ ਸਾਈਡਾਂ ਤੇ ਘਿਓ ਇਹਦੇ ਲਗਾ ਲਵਾਂਗੀ ਇਸ ਤਰੀਕੇ ਨਾਲ ਦੇਖੋ ਹੁਣ ਆਪਾਂ ਰੋਟੀ ਨੂੰ ਵੇਲਾਂਗੇ ਦੇਖੋ ਕਿੰਨਾ ਸੌਫਟ ਆਟਾ ਹੋ ਗਿਆ ਗੁੰਨਣ ਤੋਂ ਬਾਅਦ ਬਿਲਕੁਲ ਸਾਈਡਾਂ ਤੋਂ ਖਰਾਬ ਨਹੀਂ ਹੋ ਰਿਹਾ ਤੇ ਆਪਾਂ ਪੂਰੀ ਕੋਸ਼ਿਸ਼ ਕਰਦੇ ਹੁੰਦੇ ਆ ਵੀ ਰੋਟੀ ਨੂੰ ਗੋਲ ਕਰੀਏ ਪਰ ਮਤਲਬ ਰੋਟੀ ਜਿਸ ਤਰ੍ਹਾਂ ਦੀ ਬਣਦੀ ਹੈ ਜਿਵੇਂ ਬੇਲਦੇ ਆਪਾਂ ਕਿਉਂਕਿ ਮੈਂ ਤੁਹਾਨੂੰ ਇੱਥੇ ਦਿਖਾ ਰਹੀ ਆਂ ਜਿਵੇਂ ਤੁਹਾਨੂੰ ਗੋਲ ਬਣਾ ਕੇ ਮਤਲਬ ਰੋਟੀ ਗੋਲ ਬਣੂਗੀ ਕਿਉਂਕਿ ਮੈਂ ਵੀ ਹੁਣੇ-ਹੁਣੇ ਬਣਾਉਣੀਆਂ ਸਟਾਰਟ ਕੀਤੀਆਂ ਨੇ ਰੋਟੀਆਂ ਮੱਕੀ ਦੀਆਂ ਤੇ ਪਹਿਲੀ ਾਰ ਚ ਬਿਲਕੁਲ ਗੋਲ ਨਹੀਂ ਬਣਦੀ ਐ ਪ੍ਰੈਕਟਿਸ ਕਰਕੇ ਗੋਲ ਬਣਦੀ ਐ ਆਟਾ ਹੀ ਇਸ ਤਰ੍ਹਾਂ ਹੁੰਦਾ ਹੈ ਮੱਕੀ ਦਾ ਵੀ ਰੋਟੀ ਐ ਜਿਹੜ ਜੇ ਆਪਾਂ ਕਣਕ ਦਾ ਮਿਕਸ ਕਰ ਲੈਂਦੇ ਆ ਫਿਰ ਗੋਲ ਬਣ ਜਾਂਦੀ ਏ ਆਸਾਨੀ ਨਾਲ ਪਰ ਜੇ ਕੱਲੀਆਂ ਬਣਾਉਣੀਆਂ ਨੇ ਫਿਰ ਇੰਨੀ ਆਸਾਨੀ ਨਾਲ ਗੋਲ ਨਹੀਂ ਬਣਦੀ ਪਰ ਫਿਰ ਵੀ ਪੂਰੀ ਪੂਰੀ ਕੋਸ਼ਿਸ਼ ਕੀਤੀ ਆਪਾਂ ਇਹਨੂੰ ਵਧੀਆ ਸ਼ੇਪ ਦੇਣ ਦੀ ਤੇ ਬਾਕੀ ਮੈਂ ਕਈ 네ਗੇਟਿਵ ਕਮੈਂਟਸ ਵੀ ਆਉਣਗੇ ਵੀ ਤਾਂ ਬਿਲਕੁਲ ਵੀ ਗੋਲ ਨਹੀਂ ਬਣੀ ਜਾਂ ਤਾਂ ਸਹੀ ਨਹੀਂ ਬਣੀ ਸੋ ਮੈਂ ਪਹਿਲੀ ਦੱਸ ਦਿਆਂ ਤੁਹਾਨੂੰ ਮੈਂ ਕੱਟ ਕੇ ਵੀ ਤੁਹਾਨੂੰ ਦਿਖਾ ਸਕਦੀ ਸੀਗੀ ਵੀ ਆ ਦੇਖੋ ਗੋਲ ਬਣ ਗਈ ਪਰ ਮੈਂ ਤੁਹਾਨੂੰ ਜਿਵੇਂ ਹੈਗੀ ਆ ਕੀ ਕਥਾ ਨਾ ਮੈਂ ਤੁਹਾਡੇ ਨਾਲ ਉਵੇਂ ਸ਼ੇਅਰ ਕੀਤਾ ਵੀ ਇਹ ਪਹਿਲੀ ਪਹਿਲੀ ਵਾਰ ਇਸ ਤਰੀਕੇ ਨਾਲ ਹੀ ਬਣੂਗੀ ਜਾਂ ਤੁਹਾਡੀ ਘੱਟ ਪ੍ਰੈਕਟਿਸ ਹੈ ਤੇ ਵੀ ਹੁਣੇ-ਹੁਣੇ ਤੁਸੀਂ ਬਣਾਉਣੀਆਂ ਸਟਾਰਟ ਕੀਤੀਆਂ ਨੇ ਹਾਂ ਜੇ ਤੁਹਾਡੀ ਜ਼ਿਆਦਾ ਟਾਈਮ ਦੀ ਪ੍ਰੈਕਟਿਸ ਆ ਤੁਸੀਂ ਰੋਟੀਆਂ ਪਹਿਲਾਂ ਤੋਂ ਬਣਾ ਰਹੇ ਹੋ ਮੱਕੀ ਦੀਆਂ ਫਿਰ ਤੁਸੀਂ ਬਣਾ ਲੋਗੇ ਵੇਲ ਕੇ ਇਹਨੂੰ ਗੋਲ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਜਿਹੜਾ ਵੇਲਾਂਗੇ ਇਹ ਜਦੋਂ ਵੇਲਣੇ ਨਾਲ ਆਪਾਂ ਵੇਲ ਕੇ ਰੋਟੀ ਬਣਾਉਣੀ ਆ ਨਾ ਜਿਹੜੀ ਹੱਥਾਂ ਨਾਲ ਪਾਣੀ ਲਾ ਕੇ ਰੋਟੀ ਬਣਾਉਣੀ ਆ ਉਹਦੇ ਨਾਲ ਇਹ ਜ਼ਿਆਦਾ ਪਤਲੀ ਹੁੰਦੀ ਆ ਰੋਟੀ ਸੋ ਇਸ ਕਰਕੇ ਆਪਾਂ ਫਲੇਮ ਦਾ ਵੀ ਧਿਆਨ ਰੱਖਣਾ ਤੇ ਜਿਹੜਾ ਤਵਾ ਹੈ ਉਹ ਆਪਣਾ ਬਿਲਕੁਲ ਵੀ ਮਤਲਬ ਹਲਕੀ ਅੱਗ ਤੇ ਨਹੀਂ ਹੋਣਾ ਚਾਹੀਦਾ ਹੁਣ ਮੈਂ ਤੁਹਾਨੂੰ ਇੱਕ ਟ੍ਰਿਕ ਹੋਰ ਦੱਸਦੀ ਆ ਵੀ ਜਿਵੇਂ ਆਪਾਂ ਕਹਿੰਨੇ ਆਪਾਂ ਵੀਗਨਰ ਰੋਟੀਆਂ ਪਹਿਲੀ ਾਰ ਬਣਾਉਣ ਦਾ ਤਵੇ ਤੇ ਘਿਓ ਜ਼ਰੂਰ ਗਰੀਸ ਕਰ ਲਿਓ ਕਿਉਂਕਿ ਤਵੇ ਤੇ ਰੋਟੀ ਕੀ ਹੈ ਕਿ ਇਹ ਚਿਪਕ ਬਹੁਤ ਜ਼ਿਆਦਾ ਸੇਤੀ ਜਾਂਦੀ ਆ ਸੋ ਇਸ ਕਰਕੇ ਥੋੜਾ ਜਿਹਾ ਤੁਸੀਂ ਇਹ ਤਵੇ ਤੇ ਘਿਓ ਪਾ ਲੂਗੀ ਨਾ ਤੇ ਰੋਟੀ ਜਿਹੜੀ ਉਹ ਤਵੇ ਤੇ ਚਿਪਕਣੀ ਨਹੀਂ ਨੀਗੀ ਹੁਣ ਦੇਖੋ ਇਸ ਤਰੀਕੇ ਨਾਲ ਆਪਾਂ ਲਫਾਫੇ ਤੇ ਰੋਟੀ ਨੂੰ ਉਤਾਰਨਾ ਸਿੱਧਾ ਆਪਾਂ ਰੋਟੀ ਨੂੰ ਚੋਕਣਾ ਨਹੀਂਗਾ ਫਿਰ ਉਹ ਸਾਰੀ ਟੁੱਟ ਸਕਦੀ ਆ ਸੋ ਇਸ ਤਰੀਕੇ ਨਾਲ ਡਾਇਰੈਕਟ ਆਪਾਂ ਤਵੇ ਤੇ ਰੋਟੀ ਨੂੰ ਪਾਵਾਂਗੇ ਜੀ ਕੀ ਰੋਟੀ ਹੁਣ ਆਪਣੀ ਚੇਪਕੂਗੀ ਵੀ ਨਹੀਂ ਜਿਹੜੀ ਫਲੇਮ ਆ ਬਿਲਕੁਲ ਸਲੋ ਨਹੀਂ ਹੋਣੀ ਚਾਹੀਦੀ మీడియం ਟੂ ਹਾਈ ਹੋਣੀ ਚਾਹੀਦੀ ਜੇ ਤੁਸੀਂ ਗੈਸ ਤੇ ਵੀ ਬਣਾ ਰਹੇ ਹੋ ਤੇ ਇਹਨੂੰ ਤੁਸੀਂ ਜ਼ਰੂਰੀ ਨਾਨਸਟਿਕ ਤਵੇ ਤੇ ਬਣਾਉਣਾ ਲੋਹੇ ਦੇ ਤਵੇ ਤੇ ਬਹੁਤ ਆਸਾਨੀ ਨਾਲ ਬਣ ਜੂਗੀ ਤੇ ਹੁਣ ਆਪਾਂ ਦੂਜੀਆਂ ਰੋਟੀਆਂ ਵੀ ਮਤਲਬ ਤਿਆਰ ਕਰਦੇ ਆ ਤੇ ਇਹ ਰੋਟੀ ਨੂੰ ਆਪਾਂ ਪਲਟ ਲੈਨੇ ਆ ਸਹੀ ਕੇ ਨਾ ਸੋ ਚਮਟੇ ਨਾਲ ਤੁਸੀਂ ਥੋੜਾ ਜਿਹਾ ਵੀ ਪਰਹੇਜ਼ ਕਰਿਓ ਚੱਕਣ ਦਾ ਰੋਟੀ ਨੂੰ ਕਿਉਂਕਿ ਟੁੱਟ ਸਕਦੀ ਆ ਤੇ ਤੁਸੀਂ ਇਸ ਤਰ੍ਹਾਂ ਦਾ ਕੋਈ ਹੁੰਦਾ ਨਾ ਆਪਣੇ ਕੋਲੇ ਖੁਰਚਣਾ ਤਾਂ ਉਹਦੇ ਨਾਲ ਤੁਸੀਂ ਇਹਨੂੰ ਥਲ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕੋਲਿਆਂ ਤੇ ਵੀ ਰਾੜ ਸਕਦੇ ਆ ਤੇ ਉੱਪਰ ਤਵੇ ਤੇ ਵੀ ਬਣਾ ਸਕਦੇ ਆ ਕੋਲਿਆਂ ਤੇ ਫਲਾ ਕੇ ਵੀ ਰੋਟੀਆਂ ਬਹੁਤ ਵਧੀਆ ਬਣਦੀਆਂ ਨੇ ਤਨ ਦੂਜੀ ਰੋਟੀ ਵੀ ਆਪਾਂ ਤਵੇ ਤੇ ਪਾ ਦੇਾਂਗੇ ਤੇ ਜਦੋਂ ਆਪਾਂ ਰੋਟੀ ਨੂੰ ਪਕਾ ਰਹੇ ਹੁੰਨੇ ਆ ਨਾ ਕਿਉਂਕਿ ਇਹਦੇ ਮਤਲਬ ਸੈਂਟਰ ਦੇ ਵਿੱਚ ਬਹੁਤ ਜ਼ਿਆਦਾ ਸੇਕ ਲੱਗ ਜਾਂਦਾ ਦੇਖੋ ਇੱਥੇ ਮੈਂ ਤੁਹਾਨੂੰ ਦਿਖਾਉਣੀ ਆ ਇਸ ਤਰੀਕੇ ਨਾਲ ਰੋਟੀ ਤੇ ਜਿਹੜਾ ਸੇਕ ਸੈਂਟਰ ਦੇ ਵਿੱਚ ਲੱਗ ਜਾਂਦਾ ਤਾਂ ਤੁਸੀਂ ਤਵੇ ਨੂੰ ਥੋੜਾ ਥੋੜਾ ਘੁਮਾ ਕੇ ਵੀ ਇਹਨੂੰ ਪਕਾ ਸਕਦੇ ਹੋ ਸਾਰੀਆਂ ਸਾਈਡਾਂ ਤੋਂ ਮਤਲਬ ਹਲਕਾ ਹਲਕਾ ਵੀ ਇਹ ਸਾਰੀਆਂ ਸਾਈਡਾਂ ਤੋਂ ਪੱਕ ਜੇ ਕਿਉਂਕਿ ਰੋਟੀ ਪਤਲੀ ਹੁੰਦੀ ਹੈ ਜਿਹੜੀ ਆਪਾਂ ਹੱਥਾਂ ਨਾਲ ਰੋਟੀ ਬਣਾਉਣੀ ਆ ਉਹਦੇ ਨਾਲੋਂ ਬਹੁਤ ਜ਼ਿਆਦਾ ਪਤਲੀ ਰੋਟੀ ਹੁੰਦੀ ਆ ਇਹ ਤੇ ਹੁਣ ਆਪਾਂ ਇਹਨੂੰ ਕੋਲਿਆਂ ਤੇ ਰਾੜ ਲਾਂਗੇ ਇਸ ਤਰ੍ਹਾਂ ਜੇ ਤੁਸੀਂ ਫਲਾ ਕੇ ਬਣਾਉਣੀਆਂ ਨੇ ਤਾਂ ਕੋਲਿਆਂ ਦੀ ਅੱਗ ਤੇ ਤੁਸੀਂ ਫਲਾ ਕੇ ਬਣਾ ਸਕਦੇ ਹੋ ਜਾਂ ਗੈਸ ਤੇ ਬਣਾ ਰਹੇ ਹੋ ਤਾਂ ਵੀ ਜਿਵੇਂ ਆਪਾਂ ਗੈਸ ਤੇ ਰੋਟੀ ਫਲਾਉਣੇ ਹੁੰਨੇ ਆ ਤੇ ਬਹੁਤ ਆਸਾਨੀ ਨਾਲ ਫੁੱਲ ਵੀ ਜਾਂਦੀ ਹੈ ਰੋਟੀ ਇੱਥੇ ਜੀ ਗਰਮ-ਗਰਮ ਮੱਕੀ ਦੀਆਂ ਰੋਟੀਆਂ ਬਣ ਕੇ ਤਿਆਰ ਹੈ ਤੇ ਆਪਾਂ ਇਹਨੂੰ ਦੇਸੀ ਘਿਓ ਦੇ ਨਾਲ ਮੱਖਣੀ ਦੇ ਨਾਲ ਬਟਰ ਦੇ ਨਾਲ ਚੋਪੜ ਸਕਦੇ ਆ ਸਾਗ ਦੇ ਨਾਲ ਸਰੋਂ ਦੇ ਸਾਗ ਦੇ ਨਾਲ ਜਾਂ ਪੁਰਜੀ ਦੇ ਨਾਲ ਦਹੀਂ ਦੇ ਨਾਲ achar ਦੇ ਨਾਲ ਖਾ ਸਕਦੇ ਆ ਤੇ ਬਾਕੀ ਮੈਂ ਇੱਥੇ ਹੀ ਗਾਜਰਾ ਮਟਰਾਂ ਦੀ ਜਿਹੜੀ ਸੁੱਕੀ ਸਬਜ਼ੀ ਆ ਉਹਦੇ ਨਾਲ ਤੇ ਦਹੀਂ ਨਾਲ ਸਰਵ ਕਰਦੀ ਆ ਪੇਖਣ ਲਈ ਬਿਲਕੁਲ ਤਿਆਰ ਹੈ ਜੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਤੁਹਾਡੀ ਕੁਝ ਮਦਦ ਹੋਈ ਇਸ ਰੈਸਪੀ ਨਾਲ ਤੁਸੀਂ ਸਿੱਖ ਸਕਦੇ ਹੋ ਰੋਟੀਆਂ ਬਣਾਉਣੀਆਂ ਤਾਂ ਤੁਸੀਂ ਜਰੂਰ ਹੈ ਜਿਹੜਾ ਕਮੈਂਟ ਕਰਕੇ ਦੱਸਿਓ ਤੇ ਇਸ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ ਤੇ ਇਹ ਵਾਲੀ ਰੈਸਪੀ ਤੁਸੀਂ ਜਰੂਰ ਇੰਜੋਏ ਕਰੋ ਜੀ ਬਣਾ ਕੇ